पंजाब सीएम भगवंत मान ते दिल्ली दे सीएम अरविंद केजरीवाल ने अज 550 करोड़ दे इस प्रोजेक्ट की शुरुआत की है। इस सरकारी अस्पताल च हर तरह की सुविधा लोगों नूं मुफ्त च मिलणगियां। ब्यूरो चीफ कुलवीर दीवान ने सेहत मंत्री बलबीर सिंह दे नाल खास गलबात की ते अस्पताल का भी जायजा लिया। ਪੰਜਾਬ ਦੇ ਵਿੱਚ ਸਿਹਤ ਪੱਖੋਂ ਵੀ ਇੱਕ ਨਵੀਂ ਸ਼ੁਰੂਆਤ ਜਿਹੜੀ ਹੈਗੀ ਹੈ ਅੱਜ ਹੋ ਰਹੀ ਹੈ ਅਤੇ ਇਸ ਵੇਲੇ ਤੁਸੀਂ ਪਟਿਆਲਾ ਦੇ ਵਿੱਚ ਇਹ ਤਸਵੀਰਾਂ ਵੇਖ ਰਹੇ ਨੇ ਜਿੱਥੋਂ ਇਹ ਸ਼ੁਰੂਆਤ ਹੋਈ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਾਡੇ ਨਾਲ ਨੇ, ਕਿਸ ਤਰ੍ਹਾਂ ਦੀ ਸ਼ੁਰੂਆਤ ਸਰ ਪੰਜਾਬ ਦੇ ਵਿੱਚ ਅੱਜ ਹੋ ਰਹੀ? ਦੇਖੋ, ਇਹ ਇੱਕ ਨਵੀਂ ਸ਼ੁਰੂਆਤ ਹੋ ਰਹੀ ਹੈ। ਹਸਪਤਾਲਾਂ ਦੇ ਵਿੱਚ ਪੇਸ਼ੈਂਟ ਫੈਸਿਲੀਟੇਸ਼ਨ ਸੈਂਟਰ ਬਣ ਰਹੇ ਆ, ਐਮਰਜੈਂਸੀ ਬੈਂਕ ਬਣ ਰਹੇ ਆ। ਪਹਿਲਾਂ ਜਿਹੜੇ ਸੀਗੇ ਤੁਹਾਡੇ ਆਮ ਆਦਮੀ ਕਲੀਨਿਕ ਬਣੇ, ਉੱਥੇ ਆਮ ਬਿਮਾਰੀਆਂ ਦਾ ਇਲਾਜ ਹੋ ਜਾਂਦਾ ਸੀਗਾ। ਅੱਜ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਭਗਵੰਤ ਮਾਨ ਜੀ ਇੱਕ ਹੋਰ ਗਰੰਟੀ ਪੂਰੀ ਕਰਨ ਜਾ ਰਹੇ ਆ। ਉਹਨਾਂ ਨੇ ਮੈਨੂੰ ਪੁੱਛਿਆ ਸੀ, ਡਾਕਟਰ ਸਾਹਿਬ, ਜੇ ਐਮਰਜੈਂਸੀ ਹੋਏਗੀ ਫਿਰ ਕੀ ਸੁਵਿਧਾ ਹੈਗੀ ਆ? ਫਿਰ ਉਹਨਾਂ ਨੇ 550 ਕਰੋੜ ਦਾ ਬਜਟ ਦਿੱਤਾ। ਇਹ ਤੁਸੀਂ ਦੇਖਦੇ ਹੋ ਵੀ ਇੱਕ ਬਿਲਕੁਲ ਜਿਹੜਾ ਮਾਡਰਨ ਹਸਪਤਾਲ ਹੈ, ਉਹਦੇ ਨਾਲ ਜਿਹੜਾ ਐਮਰਜੈਂਸੀ ਵਿੰਗ ਹੈ ਉਹ ਅਸੀਂ ਤਿਆਰ ਕੀਤਾ, ਜਿਹਦੇ 'ਚ ਲੇਟੈਸਟ ਇਕੁਪਮੈਂਟ ਹੈ, ਟ੍ਰੇਨਡ ਮੈਨ ਪਾਵਰ ਹੈ, ਸਾਰੀਆਂ ਦਵਾਈਆਂ ਅਵੇਲੇਬਲ ਹੈ ਔਰ ਪੇਸ਼ੈਂਟ ਦਾ ਕੋਈ ਖਰਚਾ ਨਹੀਂ ਹੋਏਗਾ। ਲੋਕਾਂ ਨੂੰ, ਕਿਸੇ ਬੰਦੇ ਨੂੰ ਪੰਜਾਬ ਦੇ ਵਿੱਚ ਆਪਣਾ ਇਲਾਜ ਕਰਾਉਣ ਲਈ ਕੋਈ ਕਰਜ਼ਾ ਨਹੀਂ ਲੈਣਾ ਪਏਗਾ। ਪੂਰੇ ਪ੍ਰਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਕਿੰਨੇ ਹਸਪਤਾਲ ਤਿਆਰ ਕੀਤੇ ਜਾਣਗੇ? ਸਾਰੇ ਜ਼ਿਲ੍ਹਿਆਂ ਦੇ ਵਿੱਚ ਪਹਿਲਾਂ ਹੋਣਗੇ ਜੀ, ਫਿਰ ਸਬ ਡਿਵੀਜ਼ਨ ਲੈਵਲ 'ਤੇ ਹੋਣਗੇ। ਔਰ ਇੱਕ ਹੋਰ ਬਹੁਤ ਅੱਛੀ ਸ਼ੁਰੂਆਤ ਹੈ ਮਾਨ ਸਰਕਾਰ ਦੀ ਕਿ ਜਿਹੜੇ ਸਾਡੇ ਜਿਹੜੇ ਪੇਸ਼ੈਂਟਸ ਹੈ, ਜਿਹੜੇ ਤੁਹਾਡੇ ਮਤਲਬ ਸਪੋਜ਼ ਪੇਸ਼ੈਂਟ ਨਾਭੇ ਗਿਆ ਜਾਂ ਘਨੌਰ ਗਿਆ, ਉਹਨਾਂ ਨੂੰ ਡਾਕਟਰ ਦੀ ਕੰਸਲਟੇਸ਼ਨ ਲਈ ਇੱਥੇ ਨਹੀਂ ਆਉਣਾ ਪਏਗਾ। ਮੈਡੀਕਲ ਕਾਲਜ ਦੇ, ਡਿਸਟ੍ਰਿਕਟ ਹੋਸਪਿਟਲ ਦੇ ਡਾਕਟਰ ਉੱਥੇ ਹੀ ਟੈਲੀ ਕੰਸਲਟੇਸ਼ਨ ਦੇਣਗੇ ਉਹਨਾਂ ਨੂੰ। ਸਰ, ਕਿੰਨਾ ਕੁ ਫਾਇਦਾ ਹੋਏਗਾ ਆਮ ਆਦਮੀ ਨੂੰ, ਕਿਉਂਕਿ ਸਿਹਤ ਪੱਖੋਂ ਕਾਫੀ ਜ਼ਿਆਦਾ ਖਰਚ ਕਰਨਾ ਪੈਂਦਾ ਸੀ? ਹਾਂ, ਉਹਦੇ 'ਚ ਮੇਨ ਜਿਹੜਾ ਸੀਗਾ, ਇੱਕ ਏਮਸ ਦੀ ਸਟੱਡੀ ਹੋਈ ਸੀ ਕਿ ਲੋਕ ਜਦੋਂ ਉਹਨਾਂ ਨੂੰ ਇਲਾਜ 'ਤੇ ਖਰਚਾ ਕਰਨਾ ਪੈਂਦਾ ਸੀ, ਉਹ ਗਰੀਬੀ ਰੇਖਾ ਤੋਂ ਨੀਚੇ ਚਲੇ ਜਾਂਦੇ ਸੀਗੇ। ਹੁਣ ਉਹਨਾਂ ਨੂੰ ਖਰਚਾ ਨਹੀਂ ਕਰਨਾ ਪਏਗਾ, ਸੁਵਿਧਾ ਉਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਰਗੀ ਮਿਲੇਗੀ, ਪੀਜੀ ਵਰਗੀ ਮਿਲੇਗੀ, ਬਟ ਉਹਨਾਂ ਨੂੰ ਖਰਚਾ ਨਹੀਂ ਕਰਨਾ ਪਏਗਾ। ਆਮ ਆਦਮੀ ਕਲੀਨਿਕ ਜਿਹੜੇ ਹੈਗੇ ਨੇ ਉਹਨਾਂ ਦਾ ਕੀ ਰਿਸਪੌਂਸ ਆ ਰਿਹਾ ਸਰ, ਅਤੇ ਉਸ ਤੋਂ ਅੱਗੇ ਇਹ ਕਦਮ ਹੋਏਗਾ? ਹਾਂ, ਉਸ ਤੋਂ ਅੱਗੇ ਇਹ ਕਦਮ ਹੈ ਜੀ, ਉੱਥੇ ਆਮ ਬਿਮਾਰੀਆਂ ਦਾ ਇਲਾਜ ਹੁੰਦਾ ਸੀਗਾ, 60 ਲੱਖ ਬੰਦੇ ਉੱਥੇ ਇਲਾਜ ਕਰਾ ਚੁੱਕੇ ਆ। ਤੁਸੀਂ ਦੇਖ ਰਹੇ ਹੋ ਵੀ ਜਦੋਂ ਪੇਸ਼ੈਂਟਸ ਵੀ ਆਣਗੇ, ਉਹਨਾਂ ਦਾ ਬਹਿਣ ਦਾ, ਪੀਣ ਦਾ ਪਾਣੀ ਆ, ਰਿਸੈਪਸ਼ਨ ਕਾਊਂਟਰ ਹੈ, ਇਹ ਪਹਿਲੀ ਵਾਰੀ ਹੋ ਰਿਹਾ ਜੀ। ਇਹ ਸਾਰੀ ਜਿਹੜੀ ਡਿਟੇਲ ਹੈ, ਜਿਹੜਾ 13.80 ਕਰੋੜ ਦੇ ਕੰਮ ਹੋਣੇ ਆ, ਇਹ ਸਾਰੀ ਉਹਦੀ ਜਿਹੜੀ ਆਊਟ। ਬਹੁਤ ਸ਼ੁਕਰੀਆ ਸਾਡੇ ਨਾਲ ਸਨ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ, ਜਿਨ੍ਹਾਂ ਨੇ ਇਹ ਸਾਰੀ ਜਾਣਕਾਰੀ ਦਿੱਤੀ। ਅਤੇ ਇੱਕ ਸ਼ੁਰੂਆਤ ਜਿਹੜੀ ਹੈਗੀ ਹੈ ਉਹ ਪੰਜਾਬ ਦੇ ਵਿੱਚ ਜਿਹੜੀ ਹੋਣ ਜਾ ਰਹੀ ਹੈ, ਤਾਂ ਨਿਸ਼ਚਿਤ ਤੌਰ 'ਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਸਿਹਤ ਸੁਵਿਧਾਵਾਂ ਪ੍ਰਾਪਤ ਕਰਨ ਵਾਸਤੇ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਮੋਟਾ ਖਰਚ ਕਰਨਾ ਪੈਂਦਾ ਸੀ, ਹੁਣ ਉਹ ਬਿਨਾਂ ਕਿਸੇ ਵੱਡੇ ਖਰਚ ਤੋਂ ਹਸਪਤਾਲਾਂ ਦੇ ਵਿੱਚ, ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਉਹ ਸੁਵਿਧਾ ਜਿਹੜੀ ਹੈਗੀ ਹੈ ਉਹ ਮਿਲਣ ਜਾ ਰਹੀ ਹੈ। ਕੈਮਰਾਮੈਨ ਅਲਜਿੰਦਰ ਦੇ ਨਾਲ ਕੁਲਵੀਰ ਦੀਵਾਨ, ਖਬਰਵਾਰ ਨਿਊਜ਼, ਪਟਿਆਲਾ। ਸਿੱਖਿਆ ਦੇ ਨਾਲ ਨਾਲ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਸਿਹਤ ਸੁਵਿਧਾਵਾਂ 'ਤੇ ਵੀ ਧਿਆਨ ਕੇਂਦਰਿਤ ਕਰ ਰਹੀ ਹੈ ਅਤੇ ਇਸੇ ਦੇ ਨਾਲ ਹੀ 550 ਕਰੋੜ ਰੁਪਏ ਦਾ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਗਿਆ, ਜਿਸ ਦੇ ਨਾਲ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਸੂਰਤ ਜਿਹੜੀ ਹੈਗੀ ਹੈ ਉਹ ਬਦਲੀ ਜਾਵੇਗੀ ਅਤੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੀਆਂ ਬਿਹਤਰ ਸੁਵਿਧਾਵਾਂ ਨੇ ਇੱਕ ਪ੍ਰਾਈਵੇਟ ਹਸਪਤਾਲ ਦੀ ਤਰ੍ਹਾਂ ਉਹ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਵੇਲੇ ਤੁਸੀਂ ਪਟਿਆਲਾ ਦੀ ਤਸਵੀਰ ਵੇਖ ਰਹੇ ਹੋ ਅਤੇ ਕਿਉਂਕਿ ਅੱਜ ਗਾਂਧੀ ਜਯੰਤੀ ਅਤੇ ਲਾਲ ਬਹਾਦਰ ਸ਼ਾਸਤਰੀ ਦੀ ਵੀ ਜਯੰਤੀ ਹੈ ਅਤੇ ਇਸੇ ਮੌਕੇ 'ਤੇ ਇਹ ਸ਼ੁਰੂਆਤ ਜਿਹੜੀ ਹੈਗੀ ਹੈ ਪੰਜਾਬ ਦੇ ਵਿੱਚ ਹੋਣ ਜਾ ਰਹੀ ਹੈ। ਤੁਸੀਂ ਇਸ ਵੇਲੇ ਪਟਿਆਲਾ ਦੇ ਹਸਪਤਾਲ ਦੀਆਂ ਤਸਵੀਰਾਂ ਵੇਖ ਰਹੇ ਹੋ ਨੇ ਜਿੱਥੇ ਇਹ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਨੇ। ਤੁਸੀਂ ਵੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਦੇ ਨਾਲ ਤਿਆਰੀਆਂ ਜਿਹੜੀਆਂ ਹੈਗੀਆਂ ਇੱਥੇ ਕੀਤੀਆਂ ਗਈਆਂ ਨੇ ਅਤੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਦੇ ਵਿੱਚ ਵਾਅਦਾ ਕੀਤਾ ਸੀ ਕਿ ਜਿਸ ਤਰ੍ਹਾਂ ਦੇ ਨਾਲ ਦਿੱਲੀ ਦੇ ਵਿੱਚ ਸਿਹਤ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ ਨੇ ਦਿੱਲੀ ਸਰਕਾਰ ਵੱਲੋਂ, ਉਸੇ ਤਰ੍ਹਾਂ ਦੇ ਉੱਤੇ ਪੰਜਾਬ ਦੇ ਵਿੱਚ ਵੀ ਸਿਹਤ ਸੁਵਿਧਾਵਾਂ ਜਿਹੜੀਆਂ ਹੈਗੀਆਂ ਹੁਣ ਅਪਗ੍ਰੇਡ ਕੀਤੀਆਂ ਜਾ ਰਹੀਆਂ ਨੇ ਅਤੇ ਉਸ ਦੀ ਸ਼ੁਰੂਆਤ ਅੱਜ ਹੋ ਗਈ ਹੈ। ਇਸੇ ਤਰ੍ਹਾਂ ਦੀਆਂ ਇਹ ਤਸਵੀਰਾਂ HDU ਅਵਾਰਡ ਦੀਆਂ ਨੇ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਇੱਥੇ ਵੀ ਜਿਹੜੀਆਂ ਆਧੁਨਿਕ ਮਸ਼ੀਨਾਂ ਨੇ ਉਹ ਨਵੀਂ ਟੈਕਨੀਕ ਦੇ ਨਾਲ ਸਥਾਪਿਤ ਕੀਤੀਆਂ ਗਈਆਂ ਨੇ ਅਤੇ ਇਸ ਦਾ ਵੀ ਅੱਜ ਉਦਘਾਟਨ ਜਿਹੜੇ ਹੈਗੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਕਰਨ ਆ ਰਹੇ ਨੇ ਅਤੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਪ੍ਰਾਈਵੇਟ ਹੋਸਪਿਟਲ ਦੀ ਤਰ੍ਹਾਂ ਹੀ ਇਸ ਹਸਪਤਾਲ ਦੀ HDU ਵਾਰਡ ਦੇ ਵਿੱਚ ਵੀ ਸੁਵਿਧਾਵਾਂ ਜਿਹੜੀਆਂ ਹੈਗੀਆਂ ਨਵੀਂ ਤਕਨੀਕ ਦੇ ਨਾਲ, ਨਵੀਆਂ ਮਸ਼ੀਨਾਂ ਦੇ ਨਾਲ ਉਪਲਬਧ ਕਰਵਾਈਆਂ ਗਈਆਂ ਨੇ ਜਿਹੜੇ ਕਿ ਪਹਿਲਾਂ ਤੁਸੀਂ ਕਿਸੇ ਵੱਡੇ ਪ੍ਰਾਈਵੇਟ ਹੋਸਪਿਟਲ ਵਿੱਚ ਜਾ ਕੇ ਹੀ ਗ੍ਰਹਿਣ ਕਰ ਸਕਦੇ ਸੀ। ਤਸਵੀਰਾਂ ਵੇਖ ਕੇ ਸ਼ਾਇਦ ਤੁਹਾਨੂੰ ਯਕੀਨ ਨਾ ਹੋਵੇ ਕਿ ਪੰਜਾਬ ਦਾ ਇਹ ਇੱਕ ਸਰਕਾਰੀ ਹਸਪਤਾਲ ਹੈ, ਪਰੰਤੂ ਹੁਣ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਹਕੀਕਤ ਬਣ ਰਹੀਆਂ ਨੇ ਕਿਉਂਕਿ ਮਿਸ਼ਨ ਤੰਦਰੁਸਤ ਪੰਜਾਬ ਦੇ
तहत पंजाब सरकार हुण सरकारी अस्पतालां दी नुहार बदलन जा रही है। तो शुरुआत पटियाला तो हो रही है जिथे तुसीं तस्वीरां वेख रहे हो इस हॉस्पिटल दे ICU वार्ड दियां, जिथे तुसीं वेख सकते हो कि सारियां आधुनिक मशीनां इत्थे फिट गई कीतियां गईयां ने, जिहड़े कि किसी वड्डे प्राइवेट हॉस्पिटल दे विच जाके लोकां नूं मिलदियां हुंदियां सन, परंतु हुण इह सुविधावां जिहड़ियां हैगियां ने ਉਹ ਨਵੀਂ ਟੈਕਨੀਕ ਦੇ ਨਾਲ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਉਪਲਬਧ ਕਰਵਾਈਆਂ ਜਾ ਰਹੀਆਂ ਨੇ। ਅਤੇ ਤਸਵੀਰਾਂ ਤੁਸੀਂ ਇਸ ਵੇਲੇ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ, ਕਿਉਂਕਿ ਇਸ ਤਰ੍ਹਾਂ ਦੀ ਜਿਹੜੀ ਫੈਸਿਲਿਟੀ ਪਹਿਲਾਂ ਮਰੀਜ਼ਾਂ ਨੂੰ ਲੈਣ ਵਾਸਤੇ ਪ੍ਰਾਈਵੇਟ ਹਸਪਤਾਲਾਂ ਦਾ ਰੁੱਖ ਕਰਨਾ ਪੈਂਦਾ ਸੀ ਅਤੇ ਮਹਿੰਗਾ ਇਲਾਜ ਜਿਹੜਾ ਹੈਗਾ ਉਹ ਚੱਲਣਾ ਪੈਂਦਾ ਸੀ, ਪਰੰਤੂ ਹੁਣ ਜਿਸ ਤਰ੍ਹਾਂ ਦੇ ਨਾਲ ਸ਼ੁਰੂਆਤ ਹੋ ਰਹੀ ਹੈ ਤਾਂ ਇੱਕ ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਜਿਹੜੇ ਲੋਕ ਨੇ ਉਹ ਸਿਹਤ ਪੱਖੋਂ ਸਸਤੀ ਅਤੇ ਬਿਹਤਰ ਸੁਵਿਧਾਵਾਂ ਜਿਹੜੀਆਂ ਹੈਗੀਆਂ ਨੇ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਲੈ ਸਕਣਗੇ।